ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਹਰ ਬੁੱਧਵਾਰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਐ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਹੋਰ ਅੱਕ ਤੇ ਥੱਕ ਚੁੱਕੇ ਐ ਉਹ ਹਰ ਐਤਵਾਰ ਤੇ ਬੁੱਧਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਹਾਂ ਜਿਹੜਾ ਇਹ ਡਸਕਾ ਪਿੰਡ ਐ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਐ ਤਹਿਸੀਲ ਐ ਜਿਹੜੀ ਉਹ ਲਹਿਰਾ ਗਾਗਾ ਐ ਨੇੜੇ ਸ਼ਹਿਰ ਬੁੜਲਾ ਡਾਵੀ ਹੈ ਬਰੇਟਾ ਵੀ ਹੈ ਸੁਨਾਮ ਵੀ ਹੈ ਲਹਿਰਾਗਾਗਾ ਵੀ ਹੈ ਹਰ ਐਤਵਾਰ ਤੇ ਬੁੱਧਵਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸੋ ਹਰ ਇੱਕ ਬਿਮਾਰੀ ਦਾ ਇਲਾਜ ਗਰੰਟੀ ਦੇ ਨਾਲ ਨਵਜ ਦੇਖ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਕੀਤਾ ਜਾਂਦਾ ਹੈ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਹੀ ਘੱਟ ਖਰਚੇ 'ਚ ਸੋ ਹਜ਼ਾਰਾਂ ਲੱਖਾਂ ਮਰੀਜ਼ਾਂ ਨੂੰ ਹੁਣ ਤੱਕ ਆਪਾਂ ਠੀਕ ਕਰ ਚੁੱਕੇ ਹਾਂ ਉਹਨਾਂ ਦੀਆਂ ਵੀਡੀਓ ਵੀ YouTube ਦੇ ਉੱਪਰ ਆਪਣੇ ਚੈਨਲ ਤੇ ਆਪਾਂ ਪਾਈਆਂ ਨੇ ਕੋਸ਼ਿਸ਼ ਕਰੀਦੀ ਐ ਤਾਂ ਜੋ ਹਰ ਇੱਕ ਬੰਦਾ ਸਾਡੇ ਦੇਸ਼ ਦਾ ਤੰਦਰੁਸਤ ਹੋ ਸਕੇ ਹਰ ਇੱਕ ਇਨਸਾਨ ਕੋਈ ਦੁਖੀ ਨਾ ਸੋਵੇ ਕੋਈ ਦੁਖੀ ਨਾ ਬਿਕਲਾ ਬਿਲਕਲਾਵੇ ਸੋ ਇਹ ਵੀੜਾ ਉਠਾਇਆ ਆਪਾਂ ਨੇ ਘਰ ਘਰ ਦੇ ਵਿੱਚ ਡਾਕਟਰ ਬਣਾਉਣ ਦਾ ਹਰ ਇੱਕ ਬੰਦਾ ਸਿਹਤ ਆਪਣੀ ਆਪ ਸੰਭਾਲ ਸਕੇ ਸੋਏ ਦੇ ਵਿੱਚ ਕਠਿਨਾਈਆਂ ਭਾਵੇਂ ਸਰਾਹ ਚ ਬੜੀਆਂ ਆਉਂਦੀਆਂ ਨੇ ਸਾਨੂੰ ਬਦਨਾਮ ਕਰਨ ਵਾਸਤੇ ਖਤਮ ਕਰਨ ਵਾਸਤੇ ਬੜੀਆਂ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ ਪਰ ਸਤਿਗੁਰੂ ਦੀ ਕਿਰਪਾ ਦੇ ਨਾਲ ਤੁਹਾਡੇ ਸਾਹਮਣੇ ਹੋਰ ਚੀਜ਼ਾਂ ਨੂੰ ਕੱਟਦੇ ਹੋਏ ਤੁਹਾਡੇ ਆਪੇ ਸਰਾਹ ਤੇ ਚੱਲ ਰਹੇ ਆ ਉਹ ਸਤਿਗੁਰੂ ਜਿੰਨਾ ਚ ਇੱਕ ਸੇਵਾ ਕਰਾਉਣਗੇ ਉਹਨਾਂ ਚ ਇੱਕ ਕਰ ਰਹੇ ਆ ਸੋ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਕਈਆਂ ਦਾ ਸਵਾਲ ਸੀਗਾ ਫੋਨ ਕਰਕੇ ਵੀ ਪੁੱਛਦੇ ਆ ਇੱਥੇ ਆਉਂਦੇ ਆ ਉਦੋਂ ਵੀ ਇੱਕ ਕੁਦਰਤੀ ਆਫਤਾਂ ਹੁੰਦੀਆਂ ਕੁਦਰਤੀ ਇੱਕ ਐਸੀ ਚੀਜ਼ਾਂ ਨੇ ਜਿਹੜੀਆਂ ਦਾ ਤੁਰਤ ਇਲਾਜ ਕੀਤਾ ਜਾਵੇ ਉਹਨਾਂ ਚ ਆਉਂਦਾ ਜਿੱਦਾਂ ਕਿਸੇ ਦੇ ਸੱਪ ਲੜ ਜੇ ਇਹਦਾ ਇਲਾਜ ਪੁੱਛਦੇ ਸੀਗੇ ਵੀ ਤੁਰਤ ਤੇ ਕੀ ਕੀਤਾ ਜਾਵੇ ਜਿਹਦੇ ਨਾਲ ਆਪਾਂ ਕਿਸੇ ਦੀ ਜਾਨ ਬਚਾ ਸਕੀਏ ਤੇ ਮੈਂ ਫਿਰ ਸੋਚਿਆ ਵੀ ਕਿਸੇ ਇੱਕ ਦੇ ਦੋ ਨੂੰ ਦੱਸਣ ਦੀ ਬਜਾਏ ਆਪਾਂ ਤੁਹਾਡੀ ਝੋਲੀ 'ਚ ਨੁਕਤਾ ਪਾ ਜਾਈ ਦਈਏ ਸੋ ਸਾਰਿਆਂ ਨਾਲੋਂ ਪਹਿਲਾਂ ਅਗਰ ਕਿਸੇ ਨੂੰ ਜੇ ਸੱਪ ਲੜ ਜੇ ਜਿੱਥੇ ਵੀ ਲੜਿਆ ਫਰਜ਼ ਕਰੋ ਹੱਥ ਤੇ ਇੱਥੇ ਲੜ ਗਿਆ ਇਹ ਤੋਂ ਗਿੱਠਕ ਦੂਰ ਰੱਖ ਕੇ ਇੱਕ ਬੰਨ ਦਿਓ ਇੱਕ ਵਾਰੀ ਉਰੇ ਬੰਨ ਦਿਓ ਦੋ ਤਿੰਨ ਥਾਵਾ ਬੰਨ ਦਿਓ ਇਕੱਠੀਆਂ ਸੋ ਉਦੋਂ ਬਾਅਦ ਉਹਦੇ ਤੇ ਚੀਰੇ ਲਾ ਦਿਓ ਮਧਾਣੀ ਚੀਰਾ ਕਹਿੰਦੇ ਆ ਜਿਹਨੂੰ ਅਸੀਂ ਦੋ ਤਿੰਨ ਚੀਰੇ ਲਾ ਕੇ ਅੱਧਾ ਅੱਧਾ ਇੰਚ ਦੇ ਛੋਟੇ ਛੋਟੇ ਉਹਨਾਂ ਨੂੰ ਐਵੇਂ ਛੋਟੇ ਛੋਟੇ ਲਾ ਕੇ ਚੀਰੇ ਖੂਨ ਨੂੰ ਵਗਣ ਦਿਓ ਜਿੰਨਾ ਖੂਨ ਨਿਕਲੇਗਾ ਉਹ ਜ਼ਹਿਰ ਥੱਲੇ ਨੂੰ ਝੜੇ ਦੂਜੇ ਨੰਬਰ ਤੇ ਇੱਕ ਠਿਕਰੀ ਅਨੁਸਾਧਰ ਆਉਂਦਾ ਹੈ। ਪੰਸਾਰੀਆਂ ਤੋਂ ਮਿਲ ਜਾਂਦਾ ਉਹਨੂੰ ਚੰਗੀ ਤਰ੍ਹਾਂ ਪੀਸ ਕੇ ਰਗੜ ਕੇ ਉਹਦੀ ਮਲਮ ਜੀ ਬਣਾ ਕੇ ਜਿੱਥੇ ਸੱਪ ਲੜਿਆ ਜਿੱਥੇ ਤੁਸੀਂ ਉਹ ਲਾਏ ਆ ਛੋਟੇ-ਛੋਟੇ ਪੱਛਰ ਉਹਨਾਂ ਦੇ ਉੱਪਰ ਇਸ ਠਿਕਰੀ ਅਨੁਸਾਧਰ ਨੂੰ ਮਲੋਂਗੇ ਜਦੋਂ ਜਦੋਂ ਇਹਨੂੰ ਪੀਸੇ ਉਹਨੂੰ ਲਾਓਗੇ ਤਾਂ ਜਿੱਥੇ ਸੱਪ ਲੜਿਆ ਉੱਥੇ ਲੱਗਦਾ ਨਹੀਂਗਾ। ਜੇ ਸੱਪ ਲੜਿਆ ਉਹ ਜ਼ਖਮ ਹੈ ਉਹਦੇ ਤੇ ਪੂਰਾ ਲਗਦਾ ਨਹੀਂਗਾ ਜੇ ਸੱਪ ਨਹੀਂ ਲੜਿਆ ਹੋਰ ਕਿਸੇ ਚੀਜ਼ ਦਾ ਜ਼ਖਮ ਹੈ ਉੱਤੇ ਮੱਛੇ ਦਾ ਪੂਰਾ ਇਹ ਨਿਸ਼ਾਨੀ ਹੈ ਇਹਦੀ ਠਿਕਰੀ ਨਸਾਦਰ ਦੀ ਤੇ ਸੱਪ ਲੜੇ ਦੀ ਠਿਕਰੀ ਨਸਾਦਰ ਨੂੰ ਪੀਸ ਕੇ ਚੰਗੀ ਤਰ੍ਹਾਂ ਪੱਥਰ ਤੇ ਘਸਾ ਕੇ ਮਲਮ ਜੀ ਬਣਾ ਕੇ ਉਹ ਜ਼ਖਮ ਤੇ ਲਾਓ ਪਹਿਲਾਂ ਚੀਰੇ ਲਾਉਣੇ ਆ ਚੰਗੀ ਤਰ੍ਹਾਂ ਦੋ ਤਿੰਨ ਥਾਵਾਂ ਤੋਂ ਬੰਨ ਕੇ ਫਿਰ ਉੱਤੇ ਠਿਕਰੀ ਨਸਾਦਰ ਨੂੰ ਲਾਉਂਗੇ ਤਾਂ ਇਹਦੇ ਨਾਲ ਜ਼ਹਿਰ ਪਾੜ ਜਾਂਦਾ ਹੈ ਸਰੀਰ ਦੇ ਵਿੱਚ ਖਤਮ ਹੋ ਜਾਂਦਾ ਹੈ ਇਹਦੇ ਨਾਲ ਵੀ ਇੱਕ ਤੇ ਇਹ ਕਰਨਾ ਹੈ ਇੱਕ ਜਦੋਂ ਰੋਗੀ ਨੂੰ ਸੱਪ ਲੜ ਜਾਂਦਾ ਤਾਂ ਉਹਨੂੰ ਜਿਹੜਾ ਨਮਕ ਹੈ ਉਹਦਾ ਸਵਾਦ ਨਹੀਂ ਲੱਗਦਾ ਵਾਰ-ਵਾਰ ਨਮਕ ਖਵਾਉਂਦੇ ਰਹੋ ਤਾਂ ਪਤਾ ਲੱਗਦਾ ਰਹੇ ਵੀ ਜ਼ਹਿਰ ਸਰੀਰ ਦੇ ਵਿੱਚ ਚੜਿਆ ਤਾਂ ਨਹੀਂ ਜਿਹੜੀ ਦਵਾਈ ਤੁਸੀਂ ਦੇਣੀ ਹੈ ਉਹ ਨੋਟ ਕਰ ਲਓ ਇਹ ਪੰਸਾਰੀਆਂ ਜਿ ਮਿਲਦੀਆਂ ਨੇ ਕੁਝ ਇੱਕ ਜੜੀ ਬੂਟੀਆਂ ਇੱਕ ਤਾਂ ਕੜੂ ਕੜੋਂ ਕਹਿੰਦੇ ਆ ਜਿਹਨੂੰ ਅਸੀਂ ਇਹ ਲੈ ਲਓ 100 ਗ੍ਰਾਮ ਇੱਕ ਲੈ ਲਓ ਬੱਜ 100 ਗ੍ਰਾਮ ਇੱਕ ਲੈ ਲਓ ਮਜੀਠ 100 ਗ੍ਰਾਮ ਇੱਕ ਲੈ ਲਓ ਦਾਰੂ ਹਲਦੀ 100 ਗ੍ਰਾਮ ਖਰੜ ਬਿਹੇੜਾ ਤੇ ਆਮਲਾ 100 100 ਗ੍ਰਾਮ ਪਨੀਰ ਰੋਡੀ 100 100 ਗ੍ਰਾਮ ਗੁੜ ਮਾਰ ਬੂਟੀ 100 ਗ੍ਰਾਮ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਜਿਹੜੇ ਬੰਦੇ ਨੂੰ ਸੱਪ ਲੜਿਆ ਉਹਨੂੰ ਦੋ ਜਾਂ ਤਿੰਨ ਚਮਚੇ 1 ਲੀਟਰ ਪਾਣੀ ਚ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਜਦੋਂ ਇੱਕ ਗਲਾਸ ਪਾਣੀ ਰਹਿ ਜਾਏ ਲੀਟਰ ਪਾਣੀ ਚੋਂ ਪੁਣ ਕੇ ਉਹ ਪਿਆ ਉਸ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਇਦੇ ਨਾਲ ਜਿੰਨਾ ਜ਼ਹਿਰ ਹੈ ਅੰਦਰ ਉਹਨੂੰ ਪਾੜ ਦੇਗਾ ਖਤਮ ਕਰ ਦੇਗਾ ਇਹ ਕੌੜੀ ਹੁੰਦੀ ਹੈ ਦਵਾਈ ਜ਼ਹਿਰ ਵਰਗੀ ਕੌੜੀ ਹੁੰਦੀ ਕਿਉਂਕਿ ਸਾਡਾ ਆਯੁਰਵੇਦ ਕਹਿੰਦਾ ਹੈ ਜ਼ਹਿਰ ਨੂੰ ਜ਼ਹਿਰ ਖਤਮ ਕਰਦਾ ਹੈ ਬਾਕੀ ਸਾਡੇ ਹੋਮੋਪੈਥਿਕ ਦੇ ਵਿੱਚ ਵੀ ਬਹੁਤ ਤਰੱਕੀ ਹੋ ਚੁੱਕੀ ਹੈ ਕਨਾਜਾ 200 ਕਨਾਜਾ 2000 ਇਹ ਪਾਵਰ ਦੀ ਪੋਟੈਂਸੀ ਦੀ ਦਵਾਈ ਆਉਂਦੀ ਹੈ ਹੋਮੋਪੈਥਿਕ ਦੇ ਵਿੱਚ ਤੁਸੀਂ ਇਹਨੂੰ ਵੀ ਐਮਰਜੈਂਸੀ ਤੌਰ ਤੇ ਘਰੇ ਰੱਖ ਸਕਦੇ ਹੋ ਇਦੀਆਂ ਦੋ ਬੂੰਦਾਂ ਇੱਕ ਵਾਰ 15 ਮਿੰਟਾਂ ਬਾਅਦ ਦੋ ਬੂੰਦਾਂ ਫੇਰ 15 ਮਿੰਟਾਂ ਬਾਅਦ ਦੋ ਬੂੰਦਾਂ ਫੇਰ ਤਿੰਨ ਟਾਈਮ ਇਹ ਦੇਣੀ ਹੁੰਦੀ ਹੈ ਤਾਂ ਤੁਸੀਂ ਦੇਖੋਗੇ ਉਸ ਤੋਂ ਬਾਅਦ ਕਿਸੇ ਵੀ ਸਰਕਾਰੀ ਹੌਸਪੀਟਲ ਦੇ ਵਿੱਚ ਟੀਕੇ ਆਉਂਦੇ ਆ ਉਹ ਟੀਕਾ ਕਰਨਾ ਕਰਾ ਦਿਓ ਆ ਜਿਹੜੇ ਇਲਾਜ ਤੁਹਾਨੂੰ ਪਹਿਲਾਂ ਦੱਸਿਆ ਇਹਦੇ ਤੁਸੀਂ ਜੇ ਸੱਪ ਲੜੇ ਤੋਂ ਬਾਅਦ ਕਰਦੇ ਹੋ ਬੰਦੇ ਦੀ ਮੌਤ ਨਹੀਂ ਹੋ ਸਕਦੀ ਸੱਪ ਦੇ ਲੜਨ ਨਾਲ ਵੈਸੇ ਜੇ ਕੁਦਰਤ ਕੰਨੀਓਂ ਕੋਈ ਵਿਧਾਨ ਐਸਾ ਹੈ ਤਾਂ ਉਹ ਅੱਡ ਗੱਲ ਹੈ ਪਰ ਅਚੰਚੇਤ ਕੁਦਰਤੀ ਤੌਰ ਤੇ ਸੱਪ ਲੜਨ ਨਾਲ ਬੰਦਾ ਨਹੀਂ ਮਰ ਸਕਦਾ ਇਹ ਨੁਕਸਾ ਕਰਕੇ ਸੋ ਇਹ ਤੁਹਾਡੀ ਝੋਲੀ ਚ ਪਾ ਦਿੱਤਾ ਹੈ ਤੁਸੀਂ ਆਪ ਨੋਟ ਕਰ ਲਓ ਅੱਗੇ ਜਰੂਰ ਦੱਸਿਆ ਕਰੋ ਬਣਾ ਕੇ ਦਵਾਈ ਅੱਗੇ ਜਰੂਰ ਦਿਆ ਕਰੋ ਬਾਕੀ ਹਰ ਐਤਵਾਰ ਤੇ ਬੁੱਧਵਾਰ ਨੂੰ ਡਸ ਕੇ ਪਿੰਡ ਦੇ ਵਿੱਚ ਮੈਂ ਮਿਲਦਾ ਮੈਨੂੰ ਮਿਲ ਸਕਦੇ ਹੋ ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਆ ਭਾਈ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ